ਗਮੀ ਬੰਦਾ ਇੱਕ ਗਮੀ ਇਹ ਜਿਹੜਾ ਬੰਦੇ ਨੂੰ ਇੱਕ ਦਮ ਹੈ ਇੱਕ ਸਾਹ ਹੈ ਇਹ ਆਏ ਤੇ ਜੇ ਸਾਹ ਆਉਂਦਾ ਹੈ ਤੁਹਾਡੇ ਅੰਦਰ ਆਕਸੀਜਨ ਜਾਂਦੀ ਹੈ ਤਾਂ ਤੁਸੀਂ ਜੀਵਤ ਹੈ ਜਦੋਂ ਆਕਸੀਜਨ ਅੰਦਰ ਜਾਣੀ ਬੰਦ ਹੋ ਗਈ ਤਾਂ ਤੁਸੀਂ ਸਮਝੋ ਤੇ ਤੁਸੀਂ ਇਸ ਸੰਸਾਰ ਤੋਂ ਚਲੇ ਜਾਵੇ ਉਹੀ ਬਹਾਨਾ ਜਦੋਂ ਆਦਮੀ ਇਸ ਤਰ੍ਹਾਂ ਜਾਂਦਾ ਹੈ ਤੇ ਪਰਿਵਾਰ ਨੂੰ ਇੱਕ ਦੁੱਖ ਹੁੰਦਾ ਹੈ ਕਿ ਜੇ ਕਿਸੇ ਹੋਰ ਬਿਮਾਰੀ ਨਾਲ ਕਿਸੇ ਹੋਰ ਕਾਰਨ ਕਰਕੇ ਇਸ ਸੰਸਾਰ ਤੋਂ ਜਾਂਦੇ ਇੱਕ ਅਸੀਂ ਕੋਈ ਸੇਵਾ ਵਾਹਿਗੁਰੂ 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 ਵਾਹਿਗੁਰੂ
ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸ਼ਬਦ ਗੁਰੂ ਨਾਨਕ ਦੇਵ ਦਿਆਇ ਆਪ ਜੀ ਦੇ ਦਾਦੇ ਪਰਿਵਾਰ
ਜੀ ਸਤਿਗੁਰੂ ਜੀ ਬਖਸ਼ਣ ਦੀ ਆਗਿਆ ਹੋਵੇ। ਸਤਿਗੁਰੂ ਜੀ ਇਸ ਵੇਲੇ ਪਰ ਕਿਰਪਾ ਹੁਕਮਰਾਨ ਜੀ ਦਾ ਬਖਸ਼ਿਸ਼ ਕਰੋ ਬ੍ਰਿਤਵ ਨਾਮ ਜਪਿਆ ਹਰ ਕੀ ਕਥਾ ਸੋਹੇ ਜੀ।
ਕਿਸੇ ਨੂੰ ਇਹ ਚਿੰਤ ਚੇਤਾ ਵੀ ਨਹੀਂ ਸੀ ਕਿ ਸਰਦਾਰ ਜਸਵਿੰਦਰ ਸਿੰਘ
ਪਰਿਵਾਰ ਨੂੰ ਕੋਈ ਰਾਖੇ ਹੋਵੇ ਇਸ ਤਰ੍ਹਾਂ ਸਦਾ ਲਈ ਵਿਛੋੜਾ ਦੇ ਜਾਣਗੇ। ਪਰੰਤੂ ਗੁਰਬਾਣੀ ਚ ਲਿਖਿਆ ਹੈ ਕਿ ਜਿਹੜਾ ਇਨਸਾਨ ਹੈ ਇਹ ਇੱਕ ਦਮੀ ਬੰਦਾ, ਇੱਕ ਦਮੀ ਇਹ ਜਿਹੜਾ ਬੰਦੇ ਨੂੰ ਇੱਕ ਦਮ ਹੈ, ਇੱਕ ਸਾਹ ਹੈ, ਇਹ ਆਏ ਤੇ ਜੇ ਸਾਹ ਆਉਂਦਾ ਹੈ ਤੁਹਾਡੇ ਅੰਦਰ ਆਕਸੀਜਨ ਜਾਂਦੀ ਹੈ ਤਾਂ ਤੁਸੀਂ ਜੀਵਤ ਹੈ। ਜਦੋਂ ਆਕਸੀਜਨ ਅੰਦਰ ਜਾਣੀ ਬੰਦ ਹੋ ਗਈ ਤਾਂ ਤੁਸੀਂ ਸਮਝੋ ਤੇ ਤੁਸੀਂ ਇਸ ਸੰਸਾਰ ਤੋਂ ਚਲੇ ਗਏ। ਉਹੀ ਬਹਾਨਾ ਜਦੋਂ ਆਦਮੀ ਇਸ ਤਰ੍ਹਾਂ ਜਾਂਦਾ ਹੈ ਤੇ ਪਰਿਵਾਰ ਨੂੰ ਇੱਕ ਦੁੱਖ ਹੁੰਦਾ ਹੈ ਕਿ ਜੇ ਕਿਸੇ ਹੋਰ ਬਿਮਾਰੀ ਨਾਲ ਕਿਸੇ ਹੋਰ ਕਾਰਨ ਕਰਕੇ ਇਸ ਸੰਸਾਰ ਤੋਂ ਜਾਂਦੇ, ਇੱਕ ਅਸੀਂ ਕੋਈ ਸੇਵਾ ਕਰਦੇ ਹਾਂ। ਪਰੰਤੂ ਇਹ ਉੱਪਰ ਵਾਲੇ ਦਾ ਲਿਖਿਆ ਹੁੰਦਾ ਕਿ ਪ੍ਰਾਣੀ ਨੇ ਇਸ ਸੰਸਾਰ ਤੋਂ ਕਿਵੇਂ ਵਿਦਾ ਲੈਣੀ ਵਾਲੇ ਉਹ ਵੀ ਸਾਡੇ ਵਿੱਚ ਬਹੁਤ ਲੰਬੇ ਸਮੇਂ ਤੋਂ ਹਾਜ਼ਰ ਬੈਠੇ ਨੇ, ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਬਾਬਾ ਜੀ ਮਹਾਂਪੁਰਸ਼ ਇਹਨਾਂ ਦਾ ਮੈਂ ਨਾਮ ਭੁੱਲ ਗਿਆ, ਇਹਨਾਂ ਦਾ ਵੀ ਧੰਨਵਾਦ ਕਰਦੇ ਸਾਹਿਬ ਤੋਂ। ਹੋਰ ਵੀ ਜੋ ਸੰਗਤ ਭੈਣ ਭਾਈ ਦੂਰੋਂ ਨੇੜਿਓਂ ਸਾਰੇ ਚੱਲ ਕੇ ਆਏ ਜੀ, ਸਾਰਿਆਂ ਦਾ ਸਾਡੇ ਡਾਇਰੈਕਟਰ ਸਾਹਿਬ ਸਾਧਾ ਸਿੰਘ ਜੀ ਮਿਲ, ਉਹ ਵੀ ਸਾਡੇ ਵਿੱਚ ਰਾਜਮਾਨ ਨੇ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਫਿਰ ਬੇਨਤੀ ਹੈ ਵੀ ਜਿਸ ਕਿਸੇ ਮਾਈ ਭਾਈ ਨੇ ਲੰਗਰ ਪ੍ਰਸ਼ਾਦਾ ਜਾਂ ਚਾਹ ਦਾ ਲੰਗਰ ਨਹੀਂ ਛਕਿਆ ਉਹ ਜ਼ਰੂਰ ਸਾਰੇ ਛੱਕ ਕੇ ਜਾਇਓ। ਦੇਗ ਲਾਇਣ ਦੇ ਉਪਰੰਤ ਘਰ ਚੁੱਕ ਦੀ ਖੇਵਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਗੁਰਦੁਆਰਾ ਸੰਗਤ ਸਿੰਘ ਗੁਰਦੁਆਰਾ ਸਾਹਿਬ ਗੁਰਦਾਸਪੁਰ